ਸਤਿ ਸ਼੍ਰੀ ਅਕਾਲ ਬੱਚਿਓ, ਅਸੀਂ ਪੜ੍ਹ ਰਹੇ ਹਾਂ ਕਹਾਣੀ ਚੱਟੂ, ਸੁਖਵੰਤ ਕੌਰ ਮਾਨ ਜੀ ਦੁਆਰਾ ਲਿਖੀ ਹੋਈ। ਬੱਚਿਓ, ਅਸੀਂ ਪਹਿਲੇ ਭਾਗ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਕੁੜੀ ਦਾ ਪਰਿਵਾਰ 1947 ਦੀ ਵੰਡ ਪਿੱਛੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਆ ਕੇ ਆਪਣੇ ਵਸੇਬੇ ਦੇ ਯਤਨਾਂ ਵਿੱਚ ਜੁੱਟ ਜਾਂਦਾ। ਸਾਰਾ ਪਰਿਵਾਰ ਕਾਫੀ ਦੁਖੀ ਹੈ, ਪਰੇਸ਼ਾਨ ਹੈ, ਕਿਉਂਕਿ ਕੁੜੀ ਦਾ ਮਾਮਾ ਆਪਣੀ ਮਾਂ ਦੇ ਲਈ ਪਾਣੀ ਲੈਣ ਗਿਆ, ਵਾਪਸ ਨਹੀਂ ਆਇਆ, ਅਤੇ ਮਾਂ ਨੂੰ ਇਹ ਫਿਕਰ ਹੈ ਕਿ ਉਹ ਜਿਉਂਦਾ ਹੈ ਜਾਂ ਨਹੀਂ। ਅਤੇ ਇਸੇ ਤਰ੍ਹਾਂ ਕੁੜੀ ਦਾ ਫੁੱਫੜ ਵੀ ਆਪਣੇ ਪਾਕਿਸਤਾਨ ਵਾਲੇ ਪਿੰਡ ਦੇ ਵਿੱਚੋਂ ਭਾਰਤ ਵਾਲੇ ਪਾਸੇ ਆਉਣ ਤੋਂ ਮਨ੍ਹਾ ਕਰ ਦਿੰਦਾ, ਜਿਸ ਕਰਕੇ ਭੂਆ ਵੀ ਦੁਖੀ ਹੈ ਅਤੇ ਦਾਦੀ ਵੀ ਸੋਚਾਂ ਦੇ ਵਿੱਚ ਡੁੱਬੀ ਰਹਿੰਦੀ ਹੈ। ਅਤੇ ਦਾਦੀ ਨੇ ਹੁਣ ਵੱਡੀ ਸਾਰੀ ਸੁੱਖ ਸੁਖੀ ਹੈ ਤਾਂ ਕਿ ਉਹ ਜਿਉਂਦਾ ਜਾਗਦਾ ਵਾਪਸ ਆ ਜਾਵੇ। ਇਸ ਤੋਂ ਬਾਅਦ ਅੱਗੇ ਅਸੀਂ ਪੜ੍ਹਾਂਗੇ। ਕੁਝ ਦਿਨ ਘਰ 'ਚ ਫੁੱਫੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ, ਉਹਦੀ ਉਦਾਰਤਾ ਅਤੇ ਅਣਖ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ। ਦਾਦੀ ਨੇ ਉਹਦੇ ਬੱਚੇ ਜਿਉਂਦੇ ਵਾਪਸ ਆ ਜਾਣ ਲਈ ਇੱਕ ਵੱਡੀ ਸਾਰੀ ਸੁਖਣਾ ਵੀ ਸੁੱਖ ਲਈ ਸੀ। ਜ਼ਿੰਦਗੀ ਜਿਵੇਂ ਰਿੜ ਪਈ ਸੀ, ਅੰਗਾਣਿਆਂ ਨੂੰ ਸਕੂਲ ਲੱਭ ਲੱਭ ਪੜ੍ਹਨੇ ਪਾਇਆ ਗਿਆ ਸੀ। ਦਿਨੇ ਉਹ ਪੜ੍ਹਨ ਜਾਂਦੇ ਅਤੇ ਰਾਤੀਂ ਚੱਟੂ ਨੂੰ ਮੂਧਾ ਮਾਰ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਰੱਖ, ਦੁਆਲੇ ਬੋਰੀਆਂ ਵਿਛਾ, ਦਿਓਆਂ ਅਤੇ ਪਰੀਆਂ ਦੀਆਂ ਕਹਾਣੀਆਂ ਵਾਲੀ ਕਿਤਾਬ ਪੜ੍ਹਦੇ, ਇੱਕ ਪੜ੍ਹਦਾ ਦੂਜੇ ਸੁਣਦੇ। ਬੱਚਿਓ, ਅਸੀਂ ਇਸ ਕਿਤਾਬ ਬਾਰੇ ਵੀ ਸੁਣ ਲਿਆ, ਜਦੋਂ ਲੋਕਾਂ ਨੂੰ ਆਪਣੇ ਚੁੱਲ੍ਹਿਆਂ ਦੇ ਵਿੱਚ ਬਾਲਣ ਦੇ ਲਈ ਲੱਕੜ ਨਹੀਂ ਸੀ ਮਿਲਦਾ ਤਾਂ ਉਹਨਾਂ ਨੇ ਲਾਇਬ੍ਰੇਰੀਆਂ ਤੱਕ ਨਹੀਂ ਸੀ ਛੱਡੀਆਂ, ਉੱਥੋਂ ਦੇ ਬੈਂਚ ਜਾਂ ਕਿਤਾਬਾਂ ਵਗੈਰਾ ਵੀ ਉਹਨਾਂ ਨੇ ਚੁੱਲ੍ਹਿਆਂ ਦੇ ਵਿੱਚ ਜਾਲ ਲਈਆਂ। ਅਤੇ ਇਹ ਬੱਚੇ ਕਿਸੇ ਤਰ੍ਹਾਂ ਨਾਲ ਉਹ ਕਿਤਾਬ ਨੂੰ ਬਚਾ ਕੇ ਆਪਣੇ ਨਾਲ ਲੈ ਆਉਂਦੇ ਆ, ਅਤੇ ਉਸੇ ਕਿਤਾਬ ਨੂੰ ਇਹ ਅੱਜ ਪੜ੍ਹ ਰਹੇ ਆ। ਚੱਟੂ ਹੁਣ ਸਾਰਿਆਂ ਦਾ ਸਾਂਝਾ ਸੀ, ਜਿਵੇਂ ਉਦੋਂ ਸਭ ਚੀਜ਼ਾਂ ਸਾਂਝੀਆਂ ਹੋਇਆ ਕਰਦੀਆਂ ਸਨ। ਕਦੀ ਤਾਈ ਲੂਣ ਕੁੱਟ ਰਹੀ ਹੁੰਦੀ ਅਤੇ ਕਦੀ ਚਾਚੀ ਮਿਰਚਾਂ। ਸੋ ਉਸ ਵੇਲੇ ਲੋਕਾਂ ਦੀਆਂ ਚੀਜ਼ਾਂ ਸਾਂਝੀਆਂ ਸੀਗੀਆਂ, ਕਿਉਂਕਿ ਉਹਨਾਂ ਦੇ ਕੋਲ ਸਮਾਨ ਬਹੁਤ ਘੱਟ ਹੁੰਦਾ ਸੀਗਾ। ਅਤੇ ਜਦੋਂ ਉਹ ਉੱਜੜ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਆ ਕੇ ਵੱਸਦੇ ਆ ਤਾਂ ਉਹਨਾਂ ਨੂੰ ਲੋਕ ਜਿਹੜੇ ਇੱਥੇ ਪਹਿਲਾਂ ਹੀ ਵੱਸਦੇ ਸੀਗੇ ਉਹਨਾਂ ਨੂੰ ਪੁੱਛਦੇ ਵੀ ਨਹੀਂ ਸੀਗੇ ਹੁੰਦੇ। ਅਤੇ ਇਸ ਕਰਕੇ ਸਾਰੀਆਂ ਚੀਜ਼ਾਂ ਉਹ ਸਾਂਝੇ ਤੌਰ ਦੇ ਉੱਤੇ ਪਰਿਵਾਰ ਦੇ ਵਿੱਚ ਵਰਤਦੇ ਸੀਗੇ। ਘਰ 'ਚ ਹੁਣ ਨਿੱਕੀਆਂ ਨਿੱਕੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਚਾਚੀ ਲੂਣਦਾਨੀ ਲੈ ਆਈ ਸੀ, ਅੰਗਾਣਿਆਂ ਨੇ ਉਹਨੂੰ ਹੱਥ ਲਾ ਲਾ ਵੇਖਿਆ ਸੀ। ਦੂਜੇ ਦਿਨ ਤਾਈ ਚਕਲਾ ਵੇਲਣਾ ਖਰੀਦ ਲਿਆਈ ਸੀ, ਵਿਹੜੇ 'ਚ ਪਈਆਂ ਚੁਗਾਠਾਂ ਨੂੰ ਠੀਕ ਕਰਵਾ ਕੇ ਉਣ ਲਿਆ ਗਿਆ ਸੀ। ਦੀਵਾਲੀ ਵਾਲੇ ਦਿਨ ਭਾਵੇਂ ਦੀਵਾ ਤਾਂ ਨਹੀਂ ਸਨ, ਦੀਵੇ ਤਾਂ ਨਹੀਂ ਸਨ ਜਗਾਏ ਗਏ, ਪਰ ਤਾਈ ਇੱਕ ਦੀਵਾ ਜਗਾ ਕੇ ਡਿਉੜੀ 'ਚ ਟੋਕਨ ਵਜੋਂ ਰੱਖ ਆਈ ਸੀ। ਦਾਦਾ ਜੀ ਬਾਜ਼ਾਰੋਂ ਕੇਲੇ, ਅੰਗੂਰ ਅਤੇ ਥੋੜ੍ਹੀ ਜਿਹੀ ਮਠਿਆਈ ਲੈ ਆਏ ਸਨ। ਅੰਗਾਣੇ ਬੜੇ ਖੁਸ਼ ਸਨ, ਉਹ ਦਾਦੇ ਦੇ ਦੁਆਲੇ ਬੈਠ ਗਏ ਸਨ। ਮੁੱਦਤਾਂ ਬਾਅਦ ਅੰਗਾਣਿਆਂ ਨੂੰ ਖਾਣ ਲਈ ਕੋਈ ਚੰਗੀ ਚੀਜ਼ ਮਿਲੀ ਸੀ। ਦਾਦੀ ਹਾਲੀ ਵੀ ਆਪਣੇ ਭਰੇ ਭੁਕੰਨੇ ਲੋਹੇ ਦੇ ਗਾਡਰਾਂ ਦੀ ਛੱਤ ਵਾਲੇ ਪੱਕੇ ਘਰ ਨੂੰ ਯਾਦ ਕਰ ਹੌਂਕੇ ਭਰਦੀ ਰਹਿੰਦੀ। ਤਾਈ ਆਪਣੇ ਨਵੇਂ ਪਾਏ ਘਰ ਦੀਆਂ ਗੱਲਾਂ ਕਰਦੀ ਰਹਿੰਦੀ, ਜਿਹਦੀ ਚੱਟ ਵੀ ਹਾਲੇ ਉਹਨੇ ਨਹੀਂ ਸੀ ਕੀਤੀ। ਸੋ ਦਾਦੀ ਇਸ ਕਰਕੇ ਪਰੇਸ਼ਾਨ ਹੈ, ਹੌਂਕੇ ਲੈਂਦੀ ਹੈ, ਕਿਉਂਕਿ ਜਿਸ ਘਰ ਦੇ ਵਿੱਚ ਹੁਣ ਉਹ ਆਏ ਹੈ ਉਹਦੀ ਛੱਤ ਕੱਚੀ ਹੈ, ਬਾਲਿਆਂ ਦੀ ਬਣੀ ਹੋਈ ਹੈ, ਲੱਕੜ ਦੀ ਬਣੀ ਹੋਈ ਹੈ, ਅਤੇ ਜਿਹੜਾ ਪਹਿਲਾਂ ਉਹ ਘਰ ਛੱਡ ਕੇ ਆਏ ਉਹ ਬੜਾ ਵਧੀਆ ਬਣਿਆ ਹੋਇਆ ਸੀਗਾ। ਇਸੇ ਤਰ੍ਹਾਂ ਤਾਈ ਦੀ ਵੀ ਹਾਲਤ ਹੈ। ਮਾਂ ਸਭ ਤੋਂ ਲੋਕ ਆਪਣੇ ਭਰਾ ਲਈ ਰੋਂਦੀ ਰਹਿੰਦੀ, ਫਿਰ ਵੀ ਨਿੱਕੀਆਂ ਨਿੱਕੀਆਂ ਖੁਸ਼ੀ ਭਰੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਸ਼ਹਿਰ ਦੀ ਸਬਜ਼ੀ ਮੰਡੀ 'ਚ ਚਾਚੇ ਨੂੰ ਆੜਤ ਦੀ ਦੁਕਾਨ ਮਿਲ ਗਈ ਸੀ, ਫਿਰ ਸ਼ਹਿਰ ਦੇ ਗੰਦੇ ਨਾਲੇ ਵਾਲੀ ਸਾਰੀ ਜ਼ਮੀਨ ਦਾ ਠੇਕਾ ਵੀ ਮਿਲ ਗਿਆ ਸੀ। ਭੂਆ ਜਿਹਨੇ ਕਦੀ ਕੱਖ ਭੰਨ ਕੇ ਦੂਰਾ ਨਹੀਂ ਸੀ ਕੀਤਾ, ਹੁਣ ਆਪਣੀ ਕੋਠੜੀ 'ਚ ਪੋਚਾ ਫੇਰ ਰਹੀ ਹੁੰਦੀ, ਫੂਕਾਂ ਮਾਰ ਮਾਰ ਚੁੱਲ੍ਹੇ 'ਚ ਅੱਗ ਬਾਲ ਰਹੀ ਹੁੰਦੀ। ਫਿਰ ਪੱਥਰ ਦਾ ਕੋਲਾ ਆ ਗਿਆ ਸੀ, ਲੋਹੇ ਦੀਆਂ ਅੰਗੀਠੀਆਂ ਨੂੰ ਮਿੱਟੀ ਥੱਪੀ ਗਈ ਸੀ। ਸਫਾਈ ਦੀ ਸ਼ੌਂਕਣ ਦਾਦੀ ਬਾਜ਼ਾਰੋਂ ਦੱਬ ਦੀ ਬੌਕਰ ਖਰੀਦ ਲਿਆਈ ਸੀ। ਉਹ ਮੂੰਹ ਹਨੇਰੇ ਉੱਠਦੀ ਅਤੇ ਪਿਛਲੀ ਹਨੇਰੀ ਕੋਠੜੀ ਤੋਂ ਲੈ ਕੇ ਤਿੰਨੇ ਕੋਠੜੀਆਂ, ਦਲਾਨ, ਵਰਾਂਡਾ ਅਤੇ ਡਿਉੜੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਹੂੰਝ ਦਿੰਦੀ। ਹੂੰਝ ਹੂੰਝ ਥੱਕ ਜਾਂਦੀ ਤਾਂ ਕੱਚੀ ਕੰਧ ਨਾਲ ਢਾਸਣਾ ਲਾਈ ਰੋਣ ਬਹਿ ਜਾਂਦੀ। ਠੇਕੇ 'ਤੇ ਲਈ ਭੋਏ 'ਚ ਕੰਮ ਚਲਾਉਣ ਲਈ ਬੀਜ਼ਾਂ ਅਤੇ ਮਜ਼ਦੂਰਾਂ ਲਈ ਪੈਸਿਆਂ ਦੀ ਲੋੜ ਸੀ, ਪੈਲੀਆਂ ਵਾਹੁਣ ਲਈ ਬੋਲਦਿਆਂ ਦੀ ਲੋੜ ਸੀ, ਨਕਦ ਪੈਸਾ ਕਿਸੇ ਕੋਲ ਵੀ ਨਹੀਂ ਸੀ। ਦਾਦਾ ਜੀ ਦੇ ਆਖਣ ਦੀ ਦੇਰ ਸੀ, ਤਾਈ ਨੇ ਸੋਨੇ ਦੀ ਵੰਗ, ਚਾਚੀ ਨੇ ਛਾਪ, ਮਾਂ ਨੇ ਵਾਲੀਆਂ ਅਤੇ ਦਾਦੀ ਨੇ ਆਪਣੇ ਸੋਨੇ ਦੇ ਸਟੱਡ ਲਾ ਕੇ ਦਾਦਾ ਜੀ ਦੀ ਝੋਲੀ ਪਾ ਦਿੱਤੇ ਸਨ। ਸੋ ਪਰਿਵਾਰ ਸਾਰਾ ਮਿਲ ਜੁਲ ਕੇ ਆਪਣੀ ਜ਼ਿੰਦਗੀ ਨੂੰ ਰੇੜੇ ਪਾਉਣ ਦੀ ਕੋਸ਼ਿਸ਼ ਦੇ ਵਿੱਚ ਜੁੱਟ ਜਾਂਦਾ ਹੈ। ਹੁਣ ਚੜ੍ਹਦੇ ਸਿਆਲ ਦੀ ਧੁੱਪ 'ਚ ਬੈਠ ਕਈ ਤਰ੍ਹਾਂ ਦੇ ਫਾਰਮ ਭਰੇ ਜਾ ਰਹੇ ਸਨ। ਪਾਕਿਸਤਾਨ 'ਚ ਰਹਿ ਗਈਆਂ ਜ਼ਮੀਨਾਂ ਜਾਇਦਾਦਾਂ ਦੇ ਵੇਰਵੇ ਲਿਖੇ ਜਾ ਰਹੇ ਸਨ, ਮੁੱਲ ਅੰਕੇ ਜਾ ਰਹੇ ਸਨ, ਮਿਲਣ ਵਾਲੇ ਇਵਜ਼ਾਨੇ ਬਾਰੇ ਕਿਆ ਸਿਆਰੀਆਂ ਕੀਤੀਆਂ ਜਾਂਦੀਆਂ। ਸੋ ਉਸ ਵੇਲੇ ਹਿੰਦੁਸਤਾਨ ਸਰਕਾਰ ਨੇ
ਇਹਨਾਂ ਸ਼ਰਨਾਰਥੀਆਂ ਦੇ ਕੋਲੋਂ ਫਾਰਮ ਭਰਵਾਏ ਤਾਂ ਕਿ ਉਹ ਆਪਣਾ ਸਾਰਾ ਵੇਰਵਾ ਦੱਸਣ ਕਿ ਉਹਨਾਂ ਨੇ ਕਿੰਨੀ ਜਾਇਦਾਦ ਪਾਕਿਸਤਾਨ ਵਿੱਚ ਉਹ ਛੱਡ ਕੇ ਭਾਰਤ ਵਾਲੇ ਪਾਸੇ ਆਏ ਹੈ। ਸੋ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਵਜ਼ਾਨਾ ਵੀ ਮਿਲਣਾ ਸੀਗਾ ਅਤੇ ਸਾਰਾ ਪਰਿਵਾਰ ਇਹੀ ਅੰਦਾਜ਼ੇ ਲਾਉਂਦਾ ਰਹਿੰਦਾ ਕਿ ਉਹਨਾਂ ਨੂੰ ਕਿੰਨਾ ਪੈਸਾ ਮਿਲੇਗਾ। ਇੱਕ ਦਿਨ ਇੱਕ ਛੋਟੀ ਲਾਲਟੈਨ ਦਾਦਾ ਜੀ ਲੈ ਆਏ ਸਨ। ਅੰਘਾਣੇ ਲਾਲਟੈਨ ਦੇ ਛੀਛੇ ਨੂੰ ਉਂਗਲਾਂ ਲਾ ਲਾ ਵਹਿੰਦੇ ਸਨ। ਗਈ ਰਾਤ ਤੱਕ ਲਾਲਟੈਨ ਦੁਆਲੇ ਬੈਠੇ ਲਾਲਟੈਨ ਦੀਆਂ ਗੱਲਾਂ ਹੀ ਕਰਦੇ ਰਹੇ ਸਨ। ਸੋ ਉਹਨਾਂ ਦੇ ਲਈ ਤਾਂ ਉਹ ਲਾਲਟੈਨ ਵੀ ਬੜੀ ਵਧੀਆ ਚੀਜ਼ ਹੈ ਜਿਹਦੇ ਬਾਰੇ ਉਹ ਗੱਲਾਂ ਕਰਦੇ ਰਹੇ, ਕਿਉਂਕਿ ਉਹਨਾਂ ਨੂੰ ਮਿਲੇ ਹੀ ਬਹੁਤ ਤਰਸ ਤਰਸ ਕੇ ਰਿਹਾ ਸੀਗਾ ਇਹ ਸਮਾਨ। ਘਰ 'ਚ ਹੁਣ ਡਾਲਡੇ ਘਿਓ ਦੀ ਪੀਪੀ ਆ ਗਈ ਸੀ। ਤਾਈ ਚਾਚੀ ਅਤੇ ਦਾਦੀ ਨੇ ਪਹਿਲਾਂ ਤਾਂ ਬੜਾ ਨੱਕ ਮਰੋੜਿਆ ਸੀ, ਘਿਓ ਨੂੰ ਵਾਰੀ ਵਾਰੀ ਸਭ ਨੇ ਸੁੰਘਿਆ ਸੀ। ਦੇਸੀ ਘਿਓ ਖਾਣ ਦੀ ਆਦਤ ਸੀ, ਪਰ ਹੌਲੀ ਹੌਲੀ ਹੁਣ ਕਦੀ ਆਲੂਆਂ ਦੀਆਂ ਪਰੌਂਠੀਆਂ ਪੱਕ ਰਹੀਆਂ ਹੁੰਦੀਆਂ ਅਤੇ ਕਦੀ ਵੇਸਣ ਵਾਲੀਆਂ। ਸਵੇਰੇ ਸਵੇਰੇ ਸਾਰੇ ਕੰਮਾਂ ਨੂੰ ਜਾਣ ਲੱਗ ਪਏ ਸਨ। ਦਾਦਾ ਜੀ ਦਾ ਖੱਦਰ ਦਾ ਸਵੱਛ ਸੂਟ ਪਾਈ ਹੱਥ 'ਚ ਥੈਲਾ ਲਈ ਆੜਤ ਦੀ ਦੁਕਾਨ 'ਤੇ ਜਾ ਬੈਠਦੇ। ਆਉਂਦੇ ਤਾਂ ਉਹਨਾਂ ਦੇ ਥੈਲੇ 'ਚ ਕਦੀ ਅਮਰੂਦ ਹੁੰਦੇ ਅਤੇ ਕਦੀ ਨਾਸ਼ਪੱਤੀਆਂ। ਉਰਦੂ ਦੀ ਅਖਬਾਰ ਉਹ ਬਾਜ਼ਾਰ 'ਚੋਂ ਖਰੀਦ ਲਿਆਉਂਦੇ। ਧੁੱਪੇ ਡੱਠੀ ਮੰਜੀ 'ਤੇ ਬੈਠੇ ਉਹ ਇੱਕ ਇੱਕ ਖਬਰ ਉੱਚੀ ਉੱਚੀ ਪੜ੍ਹ ਕੇ ਸਾਰਿਆਂ ਨੂੰ ਸੁਣਾਉਂਦੇ। ਜਿੱਥੇ ਜਨਾਹ ਅਤੇ ਨਹਿਰੂ ਦਾ ਨਾਂ ਆ ਜਾਂਦਾ, ਦਾਦੀ ਦੋਹਾਂ ਨੂੰ ਗਾਲੀ ਡਹਿ ਪੈਂਦੀ। ਦਾਦਾ ਜੀ ਦੇ ਕਹਿਣ 'ਤੇ ਵੀ ਉਹ ਚੁੱਪ ਨਾ ਕਰਦੀ, ਕਿਉਂਕਿ ਇਸ ਤਰ੍ਹਾਂ ਉੱਜੜ ਕੇ ਜਿਹੜੇ ਲੋਕ ਦੁਆਰਾ ਵਸੇ ਉਹਨਾਂ ਦੇ ਲਈ ਨਹਿਰੂ ਅਤੇ ਜਨਾਹ ਹੀ ਇਸ ਵੰਡ ਦੇ ਲਈ ਦੋਸ਼ੀ ਸੀਗੇ ਅਤੇ ਦਾਦੀ ਦਾ ਵੀ ਇਹੀ ਮੰਨਣਾ ਸੀਗਾ, ਅਤੇ ਇਸ ਕਰਕੇ ਉਹ ਜਨਾਹ ਅਤੇ ਨਹਿਰੂ ਨੂੰ ਗਾਲਾਂ ਕੱਢਦੀ ਹੈ। ਇੱਕ ਦਿਨ ਦਾਦਾ ਜੀ ਬੋਲੀ 'ਚੋਂ ਇੱਕ ਨਿੱਕਾ ਜਿਹਾ ਸਟੂਲ ਖਰੀਦ ਲਿਆਏ ਸਨ। ਪਹਿਲਾਂ ਵਾਰੋ ਵਾਰੀ ਉਹਦੇ 'ਤੇ ਰੋਟੀ ਰੱਖ ਕੇ ਸਾਰੇ ਖਾਂਦੇ ਅਤੇ ਰਾਤ ਨੂੰ ਅੰਘਾਣੇ ਉਹਦੇ 'ਤੇ ਲਾਲਟੈਨ ਰੱਖ ਕੇ ਪੜ੍ਹਦੇ। ਕਦੀ ਕਦੀ ਭੂਆ ਡਾਢੀਆਂ ਸੋਚਾਂ 'ਚ ਪੈ ਜਾਂਦੀ। ਫੁੱਫੜ ਬਾਰੇ ਪਤਾ ਲੱਗਾ ਸੀ ਕਿ ਇਲਾਕੇ ਦੇ ਥਾਣੇਦਾਰ ਦੇ ਕਹਿਣ 'ਤੇ ਵੀ ਉਹਨਾਂ ਪਿੰਡ ਨਹੀਂ ਸੀ ਛੱਡਿਆ। ਅਖੀਰ ਉਸੇ ਥਾਣੇਦਾਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ। ਪੁੱਤਰ ਸਹੁਰਿਆਂ ਦਾ ਹੋ ਕੇ ਰਹਿ ਗਿਆ ਸੀ। ਕੋਲ ਜੋ ਮਾੜਾ ਮੋਟਾ ਸੀ ਉਹ ਵੀ ਮੁੱਕਣ 'ਤੇ ਆ ਗਿਆ ਸੀ। ਉਹ ਨਿੱਕੇ ਨਿੱਕੇ ਸਰਫੇ ਕਰਦੀ ਰਹਿੰਦੀ। ਗੋਹੇ 'ਚ ਕੋਲਿਆਂ ਦੀ ਕੇਰ ਰਲਾ ਉਹ ਅੰਗੀਠੀ 'ਚ ਬਾਲਣ ਦੇ ਲਈ ਲੱਡੂ ਚਾਹੇ ਵੱਟ ਲੈਂਦੀ। ਪਰੌਂਠੀ ਦੇ ਇੱਕ ਬੰਨੇ ਘਿਓ ਲਾਉਂਦੀ ਅਤੇ ਦੂਜਾ ਸੁੱਕਾ ਰੱਖ ਲੈਂਦੀ। ਪੈਸਿਆਂ ਬਾਰੇ ਝੂਰਦੀ ਤਾਂ ਵਿਚਕਾਰਲਾ ਭਿੰਦਰ ਠੋਡੀ 'ਤੇ ਹੱਥ ਰੱਖ ਕਿੰਨਾ ਕਿੰਨਾ ਚਿਰ ਸੋਚਦਾ ਰਹਿੰਦਾ। ਸੋ ਭੂਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੈ, ਪਰੇਸ਼ਾਨ ਹੈ, ਕਿਉਂਕਿ ਫੁੱਫੜ ਨੂੰ ਮਾਰ ਦਿੱਤਾ ਗਿਆ ਅਤੇ ਇੱਕ ਪੁੱਤਰ ਆਪਣੇ ਸਹੁਰਿਆਂ ਦਾ ਹੋ ਕੇ ਰਹਿ ਗਿਆ ਅਤੇ ਦੂਸਰਾ ਭਿੰਦਰ ਆਪਣੀ ਮਾਂ ਨੂੰ ਪੈਸਿਆਂ ਬਾਰੇ ਝੂਰਦੀ ਦੇਖ ਕੇ ਸੋਚਾਂ ਵਿੱਚ ਪੈ ਜਾਂਦਾ ਹੈ। ਇੱਕ ਦਿਨ ਤਾਈ ਬਾਜ਼ਾਰੋਂ ਪੱਥਰ ਦੀ ਕੁੰਡੀ ਖਰੀਦ ਲਿਆਈ ਸੀ। ਲੱਕੜ ਦਾ ਪੁਰਾਣਾ ਚੱਟੂ ਹੁਣ ਬਾਲਣ ਵਾਲੀ ਗੁੱਠੇ ਸੁੱਟ ਦਿੱਤਾ ਗਿਆ ਸੀ। ਮੀਹਾਂ ਧੁੱਪਾਂ 'ਚ ਉਹ ਹੁਣ ਉੱਥੇ ਹੀ ਪਿਆ ਰਹਿੰਦਾ। ਕੋਈ ਮੰਜੀ ਪੀੜੀ ਟੁੱਟਦੀ ਤਾਂ ਉਹ ਵੀ ਉਸ ਗੁੱਠੇ ਸੁੱਟ ਦਿੱਤੀ ਜਾਂਦੀ। ਸੋ ਉਹ ਚੱਟੂ ਜਿਹੜਾ ਕਿ ਸ਼ੁਰੂ ਦੇ ਵਿੱਚ ਉਹਨਾਂ ਦੇ ਲਈ ਸਹੂਲੀਅਤ ਬਣਦਾ, ਹੁਣ ਕਿਉਂਕਿ ਕੁੰਡਾ ਆ ਚੁੱਕਿਆ ਲੋਹੇ ਦਾ ਤੇ ਇਸ ਕਰਕੇ ਉਹਨੂੰ ਸੁੱਟ ਦਿੱਤਾ ਜਾਂਦਾ। ਪਤਾ ਨਹੀਂ ਕਿਵੇਂ ਕਾਪੀਆਂ ਕਿਤਾਬਾਂ ਲਈ ਮਿਲੇ ਪੈਸਿਆਂ 'ਚੋਂ ਭਿੰਦਰ ਨੇ ਪੈਸੇ ਬਚਾ ਕੇ ਦੋ ਕੁੱਕੜੀਆਂ ਖਰੀਦ ਲਿਆਉਂਦੀਆਂ ਸਨ। ਘਰ 'ਚੋਂ ਹੀ ਇੱਟਾਂ ਵੱਟੇ ਜੋੜ ਅੰਘਾਣਿਆਂ ਨੇ ਇੱਕ ਖੁੱਡਾ ਬਣਾ ਲਿਆ ਸੀ। ਕੁੱਕੜੀ ਆਂਡਾ ਦਿੰਦੀ ਤਾਂ ਅੰਘਾਣੇ ਭੱਜ ਕੇ ਦੁਆਲੇ ਹੋ ਜਾਂਦੇ। ਭਿੰਦਰ ਆਂਡਾ ਵੇਚ ਇੱਕ ਆਨਾ ਮਾਂ ਦੀ ਤਲੀ 'ਤੇ ਲਿਆ ਰੱਖਦਾ। ਵੱਡੇ ਭਰਾ ਨੂੰ ਰਿਫਿਊਜ਼ੀ ਹੋਣ ਕਰਕੇ ਕਾਲਜ ਵੱਲੋਂ ਇੱਕ ਬੜਾ ਖਰਵਾ ਕਾਲਾ ਕੋਟ ਮਿਲ ਗਿਆ ਸੀ। ਸਾਰੇ ਅੰਘਾਣੇ ਉਹਨੂੰ ਵਾਰੀ ਵਾਰੀ ਪਾ ਕੇ ਨੱਚਦੇ ਸਨ। ਸਵੇਰੇ ਭਰਾ ਕਾਲਜ ਪਾ ਕੇ ਚਲਾ ਜਾਂਦਾ ਅਤੇ ਰਾਤੀਂ ਗੋਭੀ ਅਤੇ ਆਲੂਆਂ ਦੇ ਖੇਤ ਨੂੰ ਫੇਰਾ ਮਾਰਨ ਗਏ ਬਾਪੂ ਜੀ ਪਾ ਲੈਂਦੇ। ਬਾਪੂ ਜੀ ਕਿਧਰੋਂ ਇੱਕ ਤੋਕੜ ਜਿਹੀ ਮੱਝ ਲੈ ਆਏ ਸਨ। ਬੂਆ ਚਾਚੀ ਅਤੇ ਤਾਈ ਨੇ ਵਾਰੋ ਵਾਰੀ ਮਾਂ ਨੂੰ ਵਧਾਈ ਦਿੱਤੀ ਸੀ। ਥੋੜ੍ਹਾ ਥੋੜ੍ਹਾ ਦੁੱਧ ਸਾਰੇ ਵੰਡ ਕੇ ਪੀ ਲੈਂਦੇ, ਥੋੜ੍ਹਾ ਜਿੰਨਾ ਵੇਚ ਵੀ ਲੈਂਦੇ। ਹੱਥ ਰਤਾ ਕੁ ਸੌਖਾ ਹੋ ਗਿਆ ਸੀ। ਮਾਂ ਨੇ ਕੁੜੀ ਨੂੰ ਨਾਭੀ ਖੱਦਰ ਦੀ ਚਾਦਰ ਲੈ ਦਿੱਤੀ ਸੀ। ਭੂਆ ਦੇ ਮੁੰਡੇ ਭਿੰਦਰ ਨੂੰ ਅਜਿਹਾ ਬੁਖਾਰ ਚੜ੍ਹਿਆ ਕਿ ਉਤਰਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਕੰਮ ਧੰਦੇ 'ਚ ਉਲਝੀ ਭੂਆ ਸ਼ਾਇਦ ਇਲਾਜ ਨਹੀਂ ਸੀ ਕਰਵਾ ਸਕੀ। ਬੁਖਾਰ ਇੱਕ ਵਾਰ ਲੱਥ ਕੇ ਫਿਰ ਚੜ੍ਹ ਗਿਆ ਸੀ। ਵੇਖਦਿਆਂ ਵੇਖਦਿਆਂ ਭਿੰਦਰ ਹੱਥਾਂ 'ਚੋਂ ਨਿਕਲ ਗਿਆ ਸੀ। ਨਾਲ ਹੀ ਬੰਦ ਹੋ ਗਈਆਂ ਸਨ ਦਿਓਆਂ ਅਤੇ ਪਰੀਆਂ ਦੀਆਂ ਕਹਾਣੀਆਂ। ਮਾਪਿਆਂ ਤੋਂ ਚੋਰੀ ਅੰਘਾਣੇ ਕੁਝ ਦਿਨ ਕੰਧਾਂ ਕੋਠਿਆਂ ਨਾਲ ਅਲੱਗ ਭਿੰਦਰ ਦੀਆਂ ਗੱਲਾਂ ਕਰਦੇ ਰਹੇ ਸਨ। ਸੋ ਭੂਆ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਹੋਣ ਦਾ ਨਾਂ ਨਹੀਂ ਲੈਂਦੇ ਅਤੇ ਆਪਣਾ ਉਹ ਪੁੱਤ ਗਵਾ ਬੈਠਦੇ ਆ ਅਤੇ ਬੱਚੇ ਵੀ ਕਹਾਣੀਆਂ ਪੜ੍ਹਨੀਆਂ ਛੱਡ ਦਿੰਦੇ ਆ, ਕਿਉਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਅਤੇ ਘਰਦਿਆਂ ਤੋਂ ਲੁੱਕ ਕੇ ਉਹ ਕੁਝ ਦਿਨ ਭਿੰਦਰ ਦੀਆਂ ਗੱਲਾਂ ਕਰਦੇ ਰਹੇ।
ਭਰਾ ਦਾ ਕਾਲਜ ਸ਼ਹਿਰ ਦੂਜੇ ਸਿਰੇ 'ਤੇ ਸੀ। ਉਹ ਰੋਜ਼ ਬਾਪੂ ਜੀ ਨੂੰ ਸਾਈਕਲ ਲੈ ਕੇ ਦੇਣ ਦੇ ਲਈ ਆਖਦਾ, ਪਰ ਬਾਪੂ ਜੀ ਕੰਨਾਂ ਰੇੜੇ ਮਾਰ ਦਿੰਦੇ। ਹੁਣ ਬਾਪੂ ਜੀ ਦੇ ਕੋਲ ਪੈਸੇ ਨਹੀਂ ਉਹਨੇ ਜੇ ਕਿ ਉਹ ਆਪਣੇ ਬੱਚੇ ਨੂੰ ਸਾਈਕਲ ਲੈ ਕੇ ਦੇਵੇ, ਇਸ ਕਰਕੇ ਉਹ ਗੱਲ ਉਰਾਂ ਪਰਾਂ ਕਰ ਦਿੰਦੇ ਆ। ਮਾਂ ਵੀ ਸਿਫਾਰਿਸ਼ ਕਰਦੀ ਪਰ ਉਹ ਝਿੜਕ ਦਿੰਦੇ। ਭਰਾ ਰੋਟੀ ਦੀ ਆਖਰਲੀ ਗ੍ਰਾਹੀ ਨਿਕਲਦਾ ਹੀ ਦੌੜ ਪੈਂਦਾ, ਦੌੜਦਾ ਦੌੜਦਾ ਹਫ ਜਾਂਦਾ ਤਾਂ ਤੁਰਨ ਲੱਗਦਾ, ਫਿਰ ਦੌੜਨ ਲੱਗਦਾ। ਦਾਦੀ ਹੁਣ ਆਪਣੇ ਪਾਕਿਸਤਾਨ ਰਹਿ ਗਏ ਘਰ ਲਈ ਅੱਗੇ ਵਾਂਗ ਹਾਏ ਕਲਾਪ ਨਾ ਕਰਦੀ, ਬਸ ਕਦੀ ਕਦੀ ਧੀ ਦਾ ਦੁੱਖ ਉਹਨੂੰ ਦੁਖੀ ਕਰ ਜਾਂਦਾ, ਪਰ ਹੌਲੀ ਹੌਲੀ ਇਹ ਦੁੱਖ ਵੀ ਜਿਵੇਂ ਘੱਟ ਗਿਆ ਸੀ। ਅੰਘਾਣੇ ਵੀ ਹੁਣ ਭਿੰਦਰ ਨੂੰ ਘੱਟ ਯਾਦ ਕਰਦੇ। ਇਸ ਤਰ੍ਹਾਂ 2 ਸਾਲ ਲੰਘ ਗਏ ਸਨ। ਆੜਤ ਦੀ ਦੁਕਾਨ ਹੁਣ ਪੱਕੀ ਹੋ ਗਈ ਸੀ, ਨੇੜੇ ਹੀ ਇੱਕ ਪਿੰਡ 'ਚ ਭੋਏ ਅਲੋਟ ਹੋ ਗਈ ਸੀ। ਮੁੰਡੇ ਕੁੜੀਆਂ ਹੁਣ ਸ਼ਹਿਰ ਦੇ ਸਭ ਤੋਂ ਚੰਗੇ ਸਕੂਲਾਂ 'ਚ ਦਾਖਲ ਕਰਵਾ ਦਿੱਤੇ ਗਏ ਸਨ। ਵੱਡੇ ਵੀਰ ਨੂੰ ਸਾਈਕਲ ਲੈ ਦਿੱਤਾ ਗਿਆ ਸੀ। ਭੂਆ ਨੂੰ ਫੁੱਫੜ ਜੀ ਨਾਲ ਸਾਂਝੇ ਅਕਾਊਂਟ ਵਾਲੀ ਭਾਰੀ ਰਕਮ ਮਿਲ ਗਈ ਸੀ। ਤਾਏ ਦੇ ਵੱਡੇ ਮੁੰਡੇ ਨੂੰ ਇੱਕ ਚੰਗੀ ਨੌਕਰੀ ਮਿਲ ਗਈ ਸੀ। ਸਾਖ ਸੈਨ ਵੀ ਲੱਭ ਲਵਾ ਕੇ ਮਿਲ ਗਏ ਸਨ। ਸੋ ਹੁਣ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਕੁਝ ਬਦਲਾਵ ਆਇਆ ਅਤੇ ਉਹਨਾਂ ਨੂੰ ਆਪਣੇ ਸਕੇ ਸੰਬੰਧੀ ਵਗੈਰਾ ਵੀ ਮਿਲ ਚੁੱਕੇ ਆ ਅਤੇ ਜ਼ਿੰਦਗੀ ਰੇੜੇ ਪੈ ਚੁੱਕੀ ਹੈ। ਕਰਦਿਆਂ ਕਰਾਉਂਦਿਆਂ ਕਲੇਮ ਦੇ ਕੁਝ ਪੈਸੇ ਵੀ ਮਿਲ ਗਏ ਸਨ ਅਤੇ ਗੰਦੇ ਨਾਲੇ ਵਾਲੀ ਭੋਏ ਤੋਂ ਸਬਜ਼ੀਆਂ ਦੀ ਵਾਹ ਵਾਹ ਵਟਕ ਹੋਣ ਲੱਗ ਪਈ ਸੀ। ਕੁਝ ਦਿਨਾਂ ਵਿੱਚ ਹੀ ਤਾਏ ਦੇ ਮੁੰਡੇ ਦੀ ਮੰਗਣੀ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ 'ਚ ਹੋ ਗਈ ਸੀ। ਨਾਲ ਹੀ ਵਿਆਹ ਦਾ ਸਾਹਿਆ ਵੀ ਪੱਕਾ ਹੋ ਗਿਆ ਸੀ। ਕੁੜੀ ਦਾ ਸਾਰਾ ਟੱਬਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਾ ਹੋਇਆ ਸੀ। ਬਾਲਣ ਵਾਲੀ ਗੁੱਠੋਂ ਇੱਕ ਮਜ਼ਦੂਰ ਲੱਕੜੀਆਂ ਚੁੱਕ ਰਿਹਾ ਸੀ। ਤਾਏ ਦਾ ਮੁੰਡਾ ਕੁਹਾੜੇ ਨਾਲ ਖਲਪਾੜਾਂ ਪਾੜ ਰਿਹਾ ਸੀ। ਬਾਲਣ ਦੇ ਹੇਠੋਂ ਇੱਕ ਚੱਟੂ ਵਰਗੀ ਚੀਜ਼ ਨਿਕਲ ਆਈ ਸੀ, ਮਿੱਟੀ ਘੱਟੇ ਨਾਲ ਭਰੀ ਹੋਈ ਬਦਰੰਗ। ਹੁਣ ਇਹ ਉਹੀ ਚੱਟੂ ਹੈ ਜੋ ਸ਼ੁਰੂ ਦੇ ਵਿੱਚ ਕੁੜੀ ਦੇ ਸਿਰ 'ਤੇ ਸੀ। ਹਾਏ ਅਤੇ ਆਪਣਾ ਚਾਟੇ, ਚਾਚੀ ਨੇ ਪੈਰ ਨਾਲ ਰੇੜਦਿਆਂ ਕਿਹਾ ਸੀ। ਆਹੋ ਕੁੜੀ ਭੱਜ ਕੇ ਉਹਦੇ 'ਤੇ ਉੱਲਰ ਗਈ ਸੀ। ਤੂੰ ਡਿੱਗ ਪਈ ਸਾਏ ਗੱਡੀ ਦੀ ਲੈਨ 'ਚ, ਤਾਈ ਖਿੜਖਿੜਾ ਕੇ ਹੱਸ ਪਈ ਸੀ, ਅਤੇ ਮੈਂ ਇਹਦੇ ਸਮੇਤ ਹੀ ਇਹਨੂੰ ਗੱਡੀ 'ਚ ਸੁੱਟ ਦਿੱਤਾ ਸੀ, ਚਾਚੇ ਨੇ ਕਿਹਾ ਸੀ। ਇਸ ਰੁੜ ਜਾਣੀ ਨੇ ਚੱਟੂ ਨਾ ਹੀ ਛੱਡਿਆ, ਭਾਵੇਂ ਗੱਡੀ ਉੱਤੋਂ ਦੀ ਲੰਘ ਜਾਂਦੀ। ਤਾਈ ਐਤਕੀ ਜ਼ੋਰ ਦੀ ਮਾਘਾ ਮਾਰ ਕੇ ਹੱਸ ਪਈ ਸੀ। ਹਾਏ ਤੂੰ ਉਹੀ ਚੱਟੂ ਹੈ, ਤੇਰੀ ਹੋਏ ਤੈਨੂੰ ਚੁੱਕੀ ਸਾਡੀ ਕੁੜੀ, ਭਾਵੇਂ ਗੱਡੀ ਦੀ ਲੈਨ ਹੇਠ ਆ ਕੇ ਮਰ ਜਾਂਦੀ। ਤਾਏ ਦੇ ਮੁੰਡੇ ਨੇ ਕੁਹਾੜੇ ਦੇ ਇੱਕੋ ਵਾਰ ਨਾਲ ਉਹਦੇ 2 ਫਾੜ ਕਰ ਦਿੱਤੇ ਸਨ। ਸਾਰਾ ਟੱਬਰ ਇੱਕ ਵਾਰਗੀ ਖਿੜਖਿੜਾ ਕੇ ਹੱਸ ਪਿਆ ਸੀ। ਹੈਂ ਤੇਰੇ ਚੱਟੂ ਦੀ, ਤਾਏ ਦੇ ਮੁੰਡੇ ਨੇ ਇੱਕ ਹੋਰ ਜ਼ੋਰਦਾਰ ਸੱਟ ਮਾਰੀ ਸੀ। ਤੈਂ ਤੈਂ ਉਹ ਸੱਟ 'ਤੇ ਸੱਟ ਮਾਰੀ ਜਾ ਰਿਹਾ ਸੀ। ਚੱਟੂ ਦੀ ਫਿੰਜੜ ਫਿੰਜੜ ਵਿਹੜੇ 'ਚ ਉੱਡ ਰਹੀ ਸੀ, ਨਾਲ ਹੀ ਠਾ ਠਾ ਕਰਦਾ ਹਾਸਾ। ਯਕਦਮ ਕੁੜੀ ਵੀ ਹਾਸੇ 'ਚ ਸ਼ਾਮਲ ਹੋ ਗਈ ਸੀ। ਹੱਸ ਹੱਸ ਕੇ ਸਾਰਿਆਂ ਦੀਆਂ ਵੱਖੀਆਂ ਟੁੱਟ ਰਹੀਆਂ ਸਨ। ਸਾਹ ਨਾਲ ਸਾਹ ਨਹੀਂ ਸੀ ਪਿਆ ਰਲਦਾ, ਅੱਖਾਂ 'ਚੋਂ ਅੱਥਰੂ ਵਗ ਤੁਰੇ ਸਨ, ਫਿਰ ਵੀ ਸਾਰੇ ਹੱਸਦੇ ਜਾ ਰਹੇ ਸਨ। ਸੋ ਇਸ ਤਰ੍ਹਾਂ ਬੱਚਿਓ, ਇਸ ਉਜਾੜੇ ਤੋਂ ਬਾਅਦ ਉਹ ਪਰਿਵਾਰ ਇੱਕ ਵਾਰ ਫਿਰ ਤੋਂ ਵੱਸ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰਨ ਲੱਗ ਜਾਂਦਾ ਹੈ।